ਮੈਂ ਬਹੁਤ ਵਧੀਆ ਇੱਥੇ ਬਸ ਫਸਟ ਟਾਈਮ ਆਇਆ ਸੀ ਲੁਧਿਆਣੇ ਲਾਈਟਿੰਗ ਲੈਣ ਵਾਸਤੇ ਤੇ ਸਾਨੂੰ ਬਹੁਤ ਵਧੀਆ ਡੀਲ ਕਿੱਧਰੋਂ ਆਏ ਹੋ ਸਰ ਅਸੀਂ ਸਾਨੇਵਾਲ ਤੋਂ ਆਏ ਹਾਂ ਕੀ ਬਾਤ ਹੈ ਬੜੀ ਦੂਰੋਂ ਆਏ ਹੋ ਸਪੈਸ਼ਲ ਲਾਈਟਾਂ ਲੈਣ ਆਏ ਹੋ ਹਾਂਜੀ ਸਪੈਸ਼ਲ ਲਾਈਟਾਂ ਲੈਣ ਵਾਸਤੇ ਐਤਕੀ ਚਾਰ ਚੰਦ ਲੱਗੇ ਹੋਏ ਦੀਵਾਲੀ ਦੇ ਵਿੱਚ ਚਾਰ ਜੀ 10 ਚੰਦ ਲੱਗੇ ਹੋਏ ਆ ਤੇ ਚਲੋ ਹੁਣ ਦੀਵਾਲੀ ਦਾ ਜਿਹੜਾ ਹੁਣ ਐਤਕੀ ਮਾਹੌਲ ਹੈ ਕਿਹੋ ਜਿਹਾ ਦੇਖਣ ਨੂੰ ਮਿਲਦਾ ਵੇ ਕਿਉਂਕਿ ਕੋਵਿਡ ਦੇ ਦੌਰਾਨ ਤਾਂ ਕਾਫੀ ਦਿੱਕਤਾਂ ਆਈਆਂ ਨੇ ਤੇ ਹੁਣ ਐਤਕੀ ਕਿਹੋ ਜਿਹਾ ਹੈ ਐਤਕੀ ਬਹੁਤ ਵਧੀਆ ਜੀ ਅੱਗੇ ਨਾਲੋਂ ਬਹੁਤ ਵਧੀਆ ਮਾਹੌਲ ਹੈ ਅੱਗੇ ਨਾਲੋਂ ਬਹੁਤ ਵਧੀਆ ਸਾਡੇ ਜਿਹੜੇ ਬਾਕੀ ਦਰਸ਼ਕ ਦੇਖਦੇ ਪਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਲੁਧਿਆਣੇ ਚ ਆ ਕੇ ਦੇਖੋ ਲਾਈਟਿੰਗ ਨਾਲੇ ਲੈ ਕੇ ਜਾਓ ਨਾਲੇ ਸਸਤੇ ਰੇਟ ਤੇ ਮਿਲਦੀਆਂ ਨੇ ਜੀ ਕੀ ਨਾਮ ਸਰ ਤੁਹਾਡਾ ਸ਼ੇਵ ਭਾਈ ਸਰ ਕੀ ਕਹਿਣਾ ਚਾਹੋਗੇ ਸ਼ਾਪਿੰਗ ਕਰਨ ਆਏ ਹੋ ਤੇ ਮਾਹੌਲ ਕਿਹੋ ਜਿਹਾ ਦੇਖਣ ਨੂੰ ਮਿਲਦਾ ਪਿਆ ਐਤਕੀ ਮਾਹੌਲ ਤਾਂ ਮੈਂ ਬਹੁਤ ਵਧੀਆ ਇੱਥੇ ਬਸ ਫਸਟ ਟਾਈਮ ਆਏ ਆ ਸੀ ਤੇ ਲੁਧਿਆਣੇ ਲਾਈਟਿੰਗ ਲੈਣ ਵਾਸਤੇ ਤੇ ਸਾਨੂੰ ਬਹੁਤ ਵਧੀਆ ਡੀਲ ਹੋਈ ਕਿੱਧਰੋਂ ਆਏ ਹੋ ਸਰ ਅਸੀਂ ਸਾਨੇਵਾਲ ਤੋਂ ਆਏ ਹਾਂ ਕੀ ਬਾਤ ਹੈ ਬੜੀ ਦੂਰੋਂ ਆਏ ਹੋ ਸਪੈਸ਼ਲ ਲਾਈਟਾਂ ਲੈਣ ਆਏ ਹੋ ਹਾਂਜੀ ਸਪੈਸ਼ਲ ਲਾਈਟਾਂ ਲੈਣ ਵਾਸਤੇ ਤੇ ਕਿਹੋ ਜਿਹਾ ਲੱਗਿਆ ਲੁਧਿਆਣੇ ਦਾ ਇਹ ਬਿਜਲੀ ਮਾਰਕੀਟ ਮੈਂ ਫਸਟ ਟਾਈਮ ਆਇਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਦਾ ਮਾਹੌਲ ਵੀ ਬਹੁਤ ਵਧੀਆ ਸਾਰਿਆਂ ਨਾਲ ਗੱਲ ਹੋਈ ਬਹੁਤ ਵਧੀਆ ਪਿਆਰ ਨਾਲ ਗੱਲ ਕੀਤੀ ਸਾਡੇ ਨਾਲ ਇਹਨਾਂ ਨੇ ਤੇ ਓਕੇ ਆ ਮੈਨੂੰ ਤੇ ਉਸ ਤੋਂ ਬਾਅਦ ਇੰਨੀ ਦੂਰੋਂ ਆਏ ਹੋ ਕੁਝ ਸਪੈਸ਼ਲ ਪਤਾ ਲੱਗਿਆ ਹੋਏਗਾ ਤੁਹਾਨੂੰ ਕੀ ਪਤਾ ਲੱਗਿਆ ਇੱਥੋਂ ਦਾ ਪਤਾ ਇਹੀ ਲੱਗਿਆ ਵੀ ਹੋਰਾਂ ਸ਼ਹਿਰਾਂ ਨਾਲੋਂ ਚੀਜ਼ ਇੱਥੇ ਵਧੀਆ ਮਿਲਦੀ ਆ ਤੇ ਰੇਟ ਵੀ ਸਹੀ ਆ ਮੈਮ ਬਾਕੀ ਜਗ੍ਹਾ ਤੇ ਸਭ ਤੋਂ ਵਧੀਆ ਤੁਹਾਨੂੰ ਇੱਥੇ ਕੀ ਲੱਗਿਆ ਐਤਕੀ ਨਵੀਆਂ ਲਾਈਟਸ ਦੇਖੀਆਂ ਤੁਸੀਂ ਕਿਹੋ ਜਿਹੀਆਂ ਲੱਗੀਆਂ ਤੁਹਾਨੂੰ ਮੈਮ ਬਹੁਤ ਵਧੀਆ ਲੱਗੀਆਂ ਲਾਈਟਾਂ ਜੋ ਕਈ ਸਮਾਨ ਨਵੇਂ ਵੀ ਆਏ ਨੇ ਇੱਥੇ ਸਾਨੂੰ ਲੈਣ ਵਿੱਚ ਉਹ ਵੀ ਅਸੀਂ ਲੈ ਰਹੇ ਹਾਂ ਦੇਖਦੇ ਹਾਂ ਤੇ ਹੁਣ ਇੰਨੀ ਦੂਰੋਂ ਆਏ ਹੋ ਤੇ ਜਿਹੜੇ ਸਾਡੇ ਬਾਕੀ ਦਰਸ਼ਕ ਇੰਨੀ ਦੂਰੋਂ ਦੇਖਦੇ ਪਏ ਨੇ ਉਹਨਾਂ ਨੂੰ ਇੱਕ ਵਾਰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਵਾਰ ਆਣ ਤੇ ਇੱਕ ਵਾਰ ਟਰਾਈ ਕਰਨ ਇੱਥੇ ਲੁਧਿਆਣੇ ਦਾ ਵੀ ਸਮਾਨ ਦੇਖਣ ਯੂਜ਼ ਕਰਕੇ ਕੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਤੁਹਾਡਾ ਵਿੱਕੀ ਨਾਮ ਕੀ ਕਹਿਣਾ ਚਾਹੋਗੇ ਸਰ ਕਿਹੋ ਜੀਆਂ ਲੱਗੀਆਂ ਐਤਕੀ ਲਾਈਟਿੰਗ ਜਿਹੜੀ ਮਾਰਕੀਟ ਹੈ ਇੱਥੋਂ ਦੀਆਂ ਰੌਣਕਾਂ ਬਹੁਤ ਸੋਹਣੀਆਂ ਨੇ ਰੌਣਕ ਲੱਗੀ ਪਈ ਹੈ ਮੈਮ ਬਹੁਤ ਵਧੀਆ ਲਾਈਟਾਂ ਵੀ ਬਹੁਤ ਸੋਹਣੀਆਂ ਨੇ ਤੇ ਕੀ ਸਭ ਤੋਂ ਜ਼ਿਆਦਾ ਤੁਹਾਨੂੰ ਐਤਕੀ ਪਸੰਦ ਆ ਮੈਮ ਦੇਖੋ ਡਿਜ਼ਾਇਨ ਤਾਂ ਹਰੇਕ ਸਾਲ ਚੇਂਜ ਹੁੰਦੇ ਰਹਿੰਦੇ ਨੇ ਜਾਂਦੇ ਹਰੇਕ ਸਾਲ ਕੁਝ ਨਵਾਂ ਦੇਖਣ ਨੂੰ ਮਿਲਦਾ ਵਾ ਤੇ ਇਸ ਸਾਲ ਕੀ ਨਵਾਂ ਦੇਖਣ ਨੂੰ ਮਿਲਿਆ ਇਸ ਸਾਲ ਬਸ ਲਾਈਟਾਂ ਦੀ ਡੈਕੋਰੇਸ਼ਨ ਬਦਲਦੀ ਰਹਿ ਗਈ ਡਿਜ਼ਾਇਨ ਬਦਲੀ ਮਾਰਕੀਟ ਡੈਕੋਰੇਸ਼ਨ ਬਦਲੀ ਹੋਈ ਹੈ ਮਾਰਕੀਟ ਵੀ ਬਦਲੀ ਜਾਂਦੀ ਹੈ ਤੁਹਾਨੂੰ ਪਤਾ ਜਿਵੇਂ ਦੇ ਸਟਾਈਲ ਹੁੰਦਾ ਵਾ ਉਵੇਂ ਦੇ ਆ ਜਾਂਦੇ ਤੇ ਮਾਰਕੀਟ ਦਾ ਟ੍ਰੈਫਿਕ ਟ੍ਰੈਫਿਕ ਤਾਂ ਬਹੁਤ ਹੈ ਕਿਉਂਕਿ ਹੁਣ ਤਿਹਾਰ ਦਾ ਦਿਨ ਹੈ ਨਾ ਬਿਲਕੁਲ ਮਤਲਬ ਕੀ ਕਹਿਣਾ ਚਾਹੋਗੇ ਹੁਣ ਬਾਕੀ ਇੱਕ ਵਾਰ ਫੇਰ ਸਾਡੇ ਦਰਸ਼ਕਾਂ ਨੂੰ ਵੀ ਵਧਾਈਆਂ ਦਿੰਦੇ ਹੋਏ ਦਰਸ਼ਕਾਂ ਨੂੰ ਇਹ ਤਾਂ ਦੀਵਾਲੀ ਦੀਆਂ ਮੈਮ ਬਹੁਤ ਬਹੁਤ ਵਧਾਈਆਂ ਅਤੇ ਜ਼ਰੂਰ ਆਉਣ ਲੁਧਿਆਣੇ ਅਤੇ ਦੇਖਣੇ ਤੇ ਰੌਣਕ ਇੱਥੇ ਸਮਾਨ ਸਾਰਾ ਕੁਝ ਡੈਕੋਰੇਸ਼ਨ ਵਾਸਤੇ ਸਭ ਕੁਝ ਵਧੀਆ ਤੁਸੀਂ ਲੁਧਿਆਣੇ ਤੋਂ ਤੁਸੀਂ ਵੀ ਫਾਰੋ ਨਹੀਂ ਸਾਹਨੇਵਾਲ ਤੋਂ ਤੁਸੀਂ ਵੀ ਸਾਹਨੇਵਾਲ ਤੋਂ ਕਿਆ ਬਾਤ ਹੈ ਮਤਲਬ ਸਾਹਨੇਵਾਲ ਤੇ ਲੁਧਿਆਣਾ ਫੇਮਸ ਹੋ ਗਿਆ ਹਾਂਜੀ ਫੇਮਸ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਸ਼ਿਵਮ ਕੁਮਾਰ ਨਾਇਰ ਤੇ ਕੀ ਕਹਿਣਾ ਚਾਹੋਗੇ ਕੀ ਲਿਆ ਐਤਕੀ ਕਿੱਦਾਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਹੈਗੀਆਂ ਜੀ ਪਾਣੀ ਵਾਲਾ ਦੀਆ ਹੈਗਾ ਆ ਨਵੀਂ ਨਵੀਂ ਆਈਟਮਾਂ ਆਈਆਂ ਹੋਈਆਂ ਨੇ ਨਵੀਆਂ ਨਵੀਆਂ ਆਈਟਮਾਂ ਦੇਖਣ ਨੂੰ ਮਿਲ ਰਹੀਆਂ ਮਤਲਬ ਐਤਕੀ ਚਾਰ ਚੰਦ ਲੱਗੇ ਹੋਏ ਦੀਵਾਲੀ ਦੇ ਵਿੱਚ ਚਾਰ ਜੀ 10 ਚੰਦ ਲੱਗੇ ਹੋਏ ਆ ਕੀ ਬਾਤ ਹੈ ਮਤਲਬ ਐਤਕੀ ਬਹੁਤ ਮਜ਼ਾ ਆ ਰਿਹਾ ਲੱਗਦਾ ਹੈ ਹਾਂਜੀ ਹਾਂਜੀ ਤੇ ਹੋਰ ਕੀ ਲਿਆ ਤੁਸੀਂ ਜੀ ਹੋਰ ਆਈਟਮਾਂ ਹਲੇ ਦੇਖਦੇ ਆ ਹਲੇ ਤਾਂ ਪਸੰਦ ਹੀ ਨਹੀਂ ਆਈ ਜਾਂਦੀ ਆ ਕਦੇ ਕੁਝ ਗੱਲ ਹੀ ਨਹੀਂ ਸਮਝ ਲੱਗ ਰਹੀ ਕੀ ਲਵਾਂ ਕੀ ਨਾ ਲਵਾਂ ਤੇ ਹੁਣ ਤੁਸੀਂ ਪਾਣੀ ਵਾਲੇ ਦੀਏ ਲਏ ਤੇਲ ਤਾਂ ਕਿ ਤੇਲ ਕਿ ਹੋਦਾ ਮਹਿੰਗਾ ਹੋ ਗਿਆ ਪਾਣੀ ਵਾਲੇ ਦੀਏ ਦਿੰਦੇ ਆ ਐਤਕੀ ਹਾਂਜੀ ਹਾਂਜੀ ਉਹੀ ਠੀਕ ਹੈ ਜੀ ਜੋ ਵਧੀਆ ਲੱਗੇ ਹੋਈ ਜੀ ਇਹ ਹੀ ਵਿਕ ਰਿਹਾ ਜੀ ਅੱਜ ਕੱਲ੍ਹ ਬਹੁਤ ਚੱਲ ਰਿਹਾ ਵਾ ਇਹ ਬਿਲਕੁਲ ਇੱਕ ਵਾਰ ਕੀ ਕਹਿਣਾ ਚਾਹੋਗੇ ਸਾਰੇ ਦਰਸ਼ਕਾਂ ਨੂੰ ਵੀ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਕਰਨ ਤੇ ਸਮਾਨ ਵਧੀਆ ਵਧੀਆ ਦੇਖ ਸਕਣ ਹਾਂਜੀ ਹਾਂਜੀ ਜ਼ਰੂਰ ਨਵੀਂ ਨਵੀਂ ਆਈਟਮਾਂ ਆਈਆਂ ਹੋਈਆਂ ਨੇ ਬਿਜਲੀ ਮਾਰਕੀਟ ਜੀ ਮੈਂ ਆਪ ਪਹਿਲੀ ਵਾਰੀ ਆਇਆ ਮੈਂ ਬਾਹਰੋਂ ਮਾਲ ਲੈਂਦਾ ਸੀ ਅੱਛਾ ਮੈਂ ਆਪ ਪਹਿਲੀ ਵਾਰੀ ਆਇਆ ਪਰ ਵਧੀਆ ਹੈਗਾ ਜਗ੍ਹਾ ਵੀ ਵਧੀਆ ਹੈਗੀ ਨਾਲੇ ਮਾਲ ਵੀ ਬਹੁਤ ਵਧੀਆ ਮਿਲ ਜਾਵੇਗਾ